एक घंटे के बिच उ मिर्चा लगिया सन कद्दू कद्दू का जमाना ना कद्दू लगे सन हरिया मिर्चा लगिया सन इतों कि मरबूदा के बाग भी आ गया थे पत्ते भी लोग खा गए पत्ते भी लोग खा गए कद्दू भी कच्चे जे जो मिर्चा मुर्चा जो रड़ा मदान एक घंटे के बिच बाग जरा है रड़ा मदान से दो होर सन गुजरा जी ना दो एक सी जा दो जी सानू पता है बारह के एक बुड्ढी उन्होंने नाल हो रहा है सी सब दा पंजाब चैनल नूं सबसक्राइब करो ते टली दे बटन नूं भी दबा दिओ नवीं लेटेस्ट वीडियो देखने वास्ते ਜਿਹੜੇ ਬਾਅਦ ਵਿੱਚ ਸਾਡੇ ਬਾਅਦ ਆ ਰਹੇ ਨਾ ਗੱਡੀ ਉਹ ਗੱਡੀ ਪੂਰੀ ਖਤਰੇ ਨਾਲ ਬੜੀ ਹੋਈ ਤੁਸੀਂ ਜਦੋਂ ਆ ਗਏ ਹਾਂ ਆ ਗਏ ਨਾ ਟਰੱਕ ਗਏ ਸਨ ਇੱਥੋਂ ਲਾਹੌਰੋਂ ਅਤੇ 10-12 ਟਰੱਕ ਗਏ ਸਨ ਆਹ ਟਰੱਕਾਂ 'ਚ ਆ ਗਿਆ ਸਾ ਮੈਂ ਅੱਜ ਤੁਹਾਡੇ ਕੋਲ ਪੁੱਛਣੀਆਂ ਜੀ 47 ਗੱਡੀ ਦੀਆਂ ਗੱਲਾਂ ਹਾਂਜੀ ਕਿੰਨੀ ਉਮਰ ਸੀ ਤੁਹਾਡੀ ਉਸ ਵੇਲੇ ਮੇਰੀ 12-13 ਸਾਲ ਦੀ ਮੇਰੀ 12-13 ਸਾਲ ਹੋਰ ਸੀ ਤੁਹਾਨੂੰ ਇਹਦਾ ਮਤਲਬ ਹਾਂ ਹੋਰ ਸੀ ਬਿਲਕੁਲ ਸਹੀ ਹੋ ਗਿਆ ਤੁਹਾਡਾ ਜਿਹੜਾ ਇਹਦੇ ਪਿੰਡ ਜਿਹੜਾ ਮਿਰਜ਼ਾ ਬਿਰਕਾ ਇਹਦਾ ਜ਼ਿਲ੍ਹਾ ਕਿਹੜਾ ਅਤੇ ਤਹਿਸੀਲ ਕਿਹੜੀ ਹੈ ਜ਼ਿਲ੍ਹਾ ਸ਼ੇਖੂਪੁਰ ਦਾ ਹਾਂਜੀ ਸ਼ੇਖੂਪੁਰਾ ਹਾਂ ਤਹਿਸੀਲ ਵੀ ਜ਼ਿਲ੍ਹਾ ਸ਼ੇਖੂਪੁਰ ਹੀ ਤਹਿਸੀਲ ਵੀ ਸ਼ੇਖੂਪੁਰਾ ਹਾਂ ਤਹਿਸੀਲ ਸ਼ੇਖੂਪੁਰਾ ਤੋਂ ਕਿੰਨੇ ਕਿਲੋਮੀਟਰ ਆ ਇੱਥੋਂ ਤਕਰੀਬਨ ਉਹਦੇ ਵਿੱਚ 4 ਮੀਲ ਗਿਣਦੇ ਸਾਂ ਅਸੀਂ 4 ਮੀਟਰ ਛੋਟੇ ਹੋ ਗਏ ਜ਼ਿਆਦਾ ਜਿੱਦਾਂ ਮਰਜ਼ੀ ਕਰ ਲਓ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ ਉਹਦਾ ਨਾਂ ਦੱਸਣਾ ਇਹਦੇ ਨਾਲ ਪਹਿਲੇ ਨੰਬਰ 'ਤੇ ਤਾਂ ਡੇਰੇ ਜ਼ਿਆਦਾ ਨੇ ਕਿਹੜੇ ਕਿਹੜੇ ਡੇਰੇ ਮਜੀਠੀਆਂ ਦਾ ਡੇਰਾ ਮਜੀਠੀਆਂ ਦਾ ਡੇਰਾ ਹੈਂ ਅੱਗੇ ਨੌਆਣਿਆਂ ਦਾ ਡੇਰਾ ਅੱਗੇ ਬਾਗਾਂ ਦਾ ਡੇਰਾ ਆ ਗਿਆ ਹੈਂ ਅੱਗੇ ਬੋੜਾ ਡੇਰਾ ਆ ਗਿਆ ਅੱਗੇ ਖਿਓਣਾ ਡੇਰਾ ਆ ਗਿਆ ਡੇਰੇ ਹੋ ਗਏ ਹੈਂ ਪਿੰਡ ਜਿਹੜੇ ਵੱਡੇ ਨੇ ਉਹ ਪਿੰਡ ਵੱਡੇ ਜਿਹੜੇ ਨੇ ਇਹਦੇ ਨਾਲ ਗੋਪੇਰਾ ਲੱਗਦਾ ਹਾਂਜੀ ਗੋਪੇਰਾ ਲੱਗਦਾ ਥਾਬਲ ਲੱਗਦਾ ਹੈਂ ਥਾਬਲ ਹਾਂ ਥਾਬਲ ਨਾਲ ਜਗੀਰਪੁਰਾ ਲੱਗਦਾ ਸਿੰਘੋ ਪਾਰ ਜਗੀਰਪੁਰਾ ਹਾਂਜੀ ਮੁਕਤਾ ਵੀ ਲੱਗਦਾ ਸਾਨੂੰ ਇੱਧਰ ਹੈਂ ਹਾਂ ਅਤੇ ਅੱਗੇ ਆ ਡੇਰਾ ਆ ਕਿਉਰੀਆਂ ਇੱਥੇ ਆ ਸਾਹਮਣੇ ਤੁਹਾਡੇ ਮੂੰਹ ਦੇ ਸਾਹਮਣੇ ਇਹ ਲੱਗਦਾ ਇਹ ਚੱਕ ਸ਼ਾਪਰ ਵੀ ਲੱਗਦਾ ਸਾਨੂੰ ਸਹੀ 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 ਤੇ ਜੰਡਿਆਲਾ ਕਿੰਨੇ ਕਿਲੋਮੀਟਰ ਹੈ ਜੰਡਿਆਲਾ ਇੱਥੇ ਹੈਗਾ 4-5 ਮੀਲ ਹੈ 4-5 ਮੀਲ ਠੀਕ ਅੱਛਾ ਜੀ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਨੇ ਇੱਥੇ ਬਰਾਦਰੀ ਬੜੀ ਹੁੰਦੀ ਕਿਹੜੀ ਕਿਹੜੀ ਗੁੱਜਰ ਬਰਾਦਰੀ ਵੀ ਹੈਗੀ ਹੈ ਹਾਂਜੀ ਰਾਜਪੂਤ ਬਰਾਦਰੀ ਵੀ ਹੈਗੀ ਹੈ ਸਹੀ ਗੁੱਜਰ ਵੀ ਆ ਗਏ ਨੇ ਇੱਥੇ ਬਿਰਕ ਵੀ ਆ ਗਏ ਨੇ ਹੈ ਇਹ ਸਾਰੀ ਬਰਾਦਰੀ ਸਾਰੀ ਕੌਮਾਂ ਰਲੀ ਹੋਈ ਨੇ ਇੱਥੇ ਠੀਕ ਹਾਂ ਸਾਰੇ ਜ਼ਿਲ੍ਹੇ ਦੀਆਂ ਮਾਲਾ ਪਟਿਆਲਾ ਲੁਧਿਆਣਾ ਉੱਥੋਂ ਦੇ ਮਹਾਜਰ ਨੇ ਹਾਂ ਉਸੇ ਮਹਾਜਰ ਦਾ ਸਹੀ ਹੋ ਗਿਆ ਸਹੀ ਹੋ ਗਿਆ ਰਾਜਪੂਤ ਕਿਹੜੀ ਬਰਾਦਰੀ ਕਿੱਥੋਂ ਆਏ ਨੇ ਇਹ ਪਿੱਛੋਂ ਮਾਲਾ ਪਟਿਆਲਾ ਅੱਛਾ ਉੱਥੋਂ ਦੇ ਹਾਂ ਅਤੇ ਜਿਹੜੇ ਸਿੰਧੂ ਜੱਟ ਤੁਹਾਡੇ ਵਾਲੇ ਸਿੰਧੂ ਜੱਟ ਥੋੜ੍ਹੇ ਨਹੀਂ ਜਾਏ ਥੋੜ੍ਹੇ ਘਰ ਨਹੀਂ ਸੀ ਹਾਂ ਥੋੜ੍ਹੀ ਬਰਾਦਰੀ ਆ ਇੱਥੇ 4-5 ਘਰ ਹੈਗੇ ਨੇ ਬਾਕੀ ਇੱਧਰ ਬੈਠੇ ਹਾਂ ਸਹੀ ਸਹੀ ਹੁਣ ਮੈਨੂੰ ਆਪਣੇ ਪਿੰਡ ਦਾ ਦੱਸੋ ਤੁਸੀਂ ਜਦੋਂ 47 ਤੋਂ ਪਹਿਲੇ ਕਿਹੜੇ ਪਿੰਡ ਬੈਠੇ ਸੀ ਹਿੰਦੁਸਤਾਨ
ਹਿੰਦੁਸਤਾਨ ਇੱਥੇ ਹੀ ਆਏ ਸਨ ਸ਼ੁਰੂ ਤੋਂ ਇੱਥੇ ਹੀ ਆਏ ਸਨ ਸ਼ੁਰੂ ਤੋਂ ਇੱਥੇ ਹੀ ਆਏ ਸਨ ਐਸੇ ਪਿੰਡ ਦੇ ਹਾਂ ਇਸੇ ਆ ਪਿੰਡ ਨਹੀਂ ਨਹੀਂ ਇੱਥੇ ਤੇ ਆ ਕੇ ਬੈਠੇ ਜਿਹੜਾ ਪੁਰਾਣਾ ਤੁਹਾਡਾ ਪਿੰਡ ਹੈ ਪਿੱਛੇ ਹਾਂ ਉਹਦਾ ਨਾਮ ਦੱਸੋ ਤੇ ਪਿੱਛੇ ਤੇ ਦੱਸਿਆ ਤੁਹਾਨੂੰ ਪੰਗੋਲੀ ਪੰਗੋਲੀ ਹਾਂ ਪੰਗੋਲੀ ਪੰਗੋਲੀ ਹਾਂ ਤਹਿਸੀਲ ਕਿਹੜੀ ਉਹਦੀ ਤਹਿਸੀਲ ਪਠਾਨਕੋਟ ਪਠਾਨਕੋਟ ਜ਼ਿਲ੍ਹਾ ਜ਼ਿਲ੍ਹਾ ਗੁਰਦਾਸਪੁਰ ਰਲੀ ਮਿਲੀ ਕੌਮ ਹੀ ਗੁਜਰ ਵੀ ਹੋਰ ਵੀ ਕੌਮ ਹੈਗੀ ਸਨ ਸਿੱਖਾਂ ਦੇ ਕੋਈ ਨਹੀਂ ਸਨ ਹਿੰਦੂ ਚਮਾਰ ਜੁੱਤੀਆਂ ਬਣਾਉਂਦੇ ਸਨ ਉਹ ਚਮਾਰਾਂ ਦੇ ਘਰ ਆ ਗਿਆ ਸਰ ਤਿੰਨ ਚਾਰ ਨਾਂ ਯਾਦ ਚਮਾਰਾਂ ਦਾ ਕਿਸੇ ਪੁਰਾਣੇ ਬਜ਼ੁਰਗ ਦਾ ਜਾਂ ਮੁੰਡੇ ਖੁੰਡੇ ਦਾ ਦੇਖੋ ਇੱਕ ਚੌਂਕੀਦਾਰ ਆ ਉਹਦਾ ਨਾਂ ਘੁਰਨੂ ਹਾਂ ਇੱਕ ਚੌਂਕੀਦਾਰ ਆ ਉਹਦਾ ਨਾਂ ਘੁਰਨੂ ਹਾਂ ਹਾਂਜੀ ਅਤੇ ਇੱਕ ਇੱਕ ਜਿਹੜੇ ਜੁੱਤੀਆਂ ਬਣਾਉਂਦੇ ਸਨ ਉਹਦਾ ਨਾਂ ਇੱਕ ਬੰਬੋ ਹਾਂ ਇੱਕ ਦਾ ਨਾਂ ਹਾਂਜੀ ਉਸੇ ਪਿੰਡ 'ਚ ਰਹਿੰਦੇ ਸਨ ਹਾਂ ਉਸੇ ਪਿੰਡ 'ਚ ਰਹਿੰਦੇ ਸਨ ਉਸ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ ਉਸ ਪਿੰਡ ਦੇ ਦੁਆਲੇ ਚੱਕ ਇੱਕ ਚੱਕ ਦਾ ਨਾਂ ਆ ਜਾਂਦਾ ਉੱਥੇ ਹਾਂਜੀ ਇੱਕ ਗਸਾਈ ਭਰਾ ਆ ਜਾਂਦਾ ਗਸਾਈ ਭਰਾ ਹੈਂ ਇੱਕ ਘੋ ਘੋ ਪਿੰਡ ਆ ਜਾਂਦਾ ਹਾਂ ਘੋ ਆ ਜਾਂਦਾ ਇੱਕ ਹਾਂਜੀ ਹਾਂ ਛੱਡੀਆਂ ਇਸ ਤਰ੍ਹਾਂ ਦੇ ਪਿੰਡ ਆ ਜਾਂਦੇ ਸਨ ਸੁਜਾਨਪੁਰ ਤਾਂ ਦੂਸਰਾ ਸ਼ਹਿਰ ਹੋ ਜਾਂਦਾ ਸੁਜਾਨਪੁਰ ਤਾਂ ਸ਼ਹਿਰ ਆ ਨਾ ਸੁਜਾਨਪੁਰ ਜਿਹੜਾ ਸ਼ਹਿਰ ਆ ਸੁਜਾਨਪੁਰ ਸ਼ਹਿਰ ਆ ਉਹ ਕਾਨਪੁਰ ਵੀ ਨਾਲ ਲੱਗਦਾ ਹੈ ਸਾਨੂੰ ਜਿਹੜੇ ਹਾਂਜੀ ਤੁਸੀਂ ਜ਼ਿਮੀਂਦਾਰ ਖੇਤੀਬਾੜੀ ਕਰਦੇ ਹਾਂ ਜ਼ਮੀਨ ਉਦੋਂ ਆਪਣੀ ਸੀ ਪਰ ਉਹ ਮਾਮਲੇ ਡਰਦੇ ਲੋਕਾਂ ਨੇ ਛੱਡ ਦਿੱਤੀ ਸੀ ਹਾਂ ਮਾਮਲੇ ਨਹੀਂ ਪੂਰੇ ਹੁੰਦੇ ਉਹ ਬਰਾਨੀ ਲਾ ਕੇ ਸਨ ਹਾਂਜੀ ਲਾ ਕੇ ਬਰਾਨੀ ਸਨ ਨਹੀਂ ਦੁਕਾਨਾਂ ਕੋਈ ਨਹੀਂ ਸਨ ਮਾੜੀ ਮੋਟੀ ਸਾਨੂੰ ਕੋਈ ਦੁਕਾਨ ਰਾਹ ਅੱਗੇ ਸਾਨੂੰ ਕਿਉਂ ਵੀ ਤਿੰਨ ਮੀਲ ਪਠਾਨਕੋਟ ਤਹਿਸੀਲ ਸੀ ਸਾਡੀ ਤਿੰਨ ਮੀਲ ਪੈਂਦਾ ਸੀ ਸਾਰਾ ਉਹ ਕੋਈ ਪੰਜ ਦੂਰ ਨਹੀਂ ਹੈ ਲੋਕ ਆਮ ਇੱਥੇ ਚੱਲ ਜਾਂਦੇ ਸਨ ਸ਼ਹਿਰ 'ਚ ਉਹ ਪਰ ਤਹਿਸੀਲ ਸੀ ਉਹ ਸ਼ਹਿਰ ਆ ਪਠਾਨਕੋਟ ਦੀ ਤਹਿਸੀਲ ਹੈ ਮੈਨੂੰ ਦੱਸੋ ਜਦੋਂ ਉਜਾੜੇ ਪਏ ਨੇ 47 ਵੇਲੇ ਉਦੋਂ ਕਿੱਦਾਂ ਪਤਾ ਲੱਗਾ ਤੁਹਾਡੇ ਪਿੰਡ ਦੇ ਵਿੱਚ ਕਿ ਰੌਲਾ ਕਿੱਦਾਂ ਪਿਆ ਕਿਵੇਂ ਪਤਾ ਲੱਗਾ ਕਿ ਉਜਾੜੇ ਪੈ ਗਏ ਐਵੇਂ ਕੋਈ ਪੁੱਛਣ ਵਾਲੀ ਗੱਲ ਹੈਗੀ ਨਹੀਂ ਇਹ ਮੈਂ ਉਹਨੂੰ ਪੁੱਛਣਾ ਇੰਟਰਵਿਊ ਕਰਨਾ ਉਹਨਾਂ ਨੇ ਤੁਹਾਨੂੰ ਨਹੀਂ ਦੱਸੋ ਮੈਂ ਮਤਲਬ ਕੀ ਹੈਗਾ ਹਾਂਜੀ ਜਦੋਂ ਇੱਕ ਬੰਦਾ ਜਿਹੜਾ ਉਹਨਾਂ ਨੇ ਹਿੰਦੂ ਵਾਲੇ ਕਤਲ ਕੀਤਾ ਸੀ ਕਿੱਥੇ ਦਾ ਪਤਾ ਨਹੀਂ ਕਿਹੜਾ ਹੈਗਾ ਸੀ ਨਾਂ ਨਹੀਂ ਯਾਦ ਹਾਂਜੀ ਉਸ ਤੋਂ ਬਾਅਦ ਜਨਾਬ ਕਤਲ ਕਰਦੇ ਸ਼ੁਰੂ ਬਸ ਜਾਨਾ ਜਾਨਾ ਲੈ ਕੇ ਕੋਈ ਕਿਤੇ ਨੂੰ ਚਲਾ ਗਿਆ ਕੋਈ ਕਿਤੇ ਨੂੰ ਚਲਾ ਗਿਆ ਸਾਡੀ ਦਾਦੀ ਜਿਹੜੀ ਹੈਗੀ ਸੀ ਨਾ ਚੰਗੀ ਭਲੀ ਤੁਰ ਪਈ ਸੀ ਇਹ ਤਾਂ ਇਹਨਾਂ ਦੇ ਸਾਡੇ ਬਜ਼ੁਰਗ ਜਿਹੜੇ ਹੈਗੇ ਸਨ ਨਾ ਉਹਨਾਂ ਨੇ ਐਡੀ ਬੜੀ ਗਲਤੀ ਕੀਤੀ ਨਾ ਹੁਣ ਤੱਕ ਪਛਤਾਉਂਦਾ ਪਿਆ ਮੈਂ ਉਹ ਆ ਸਕਦੀ ਸੀ ਦਾਦੀ ਸਾਡੀ ਸਾਰਾ ਹਿੰਦੂਆਂ ਜ਼ਿਆਦਾ ਇਲਾਕਾ ਹਿੰਦੂਆਂ ਜ਼ਿਆਦਾ ਸਾਨੂੰ ਸ਼ਰੀਅਤ ਜ਼ਿਆਦਾ ਹੀ ਹਿੰਦੂਆਂ ਦੀ ਤੇ ਅੱਗੇ ਜਦੋਂ ਭੜਕ ਕੇ ਵੀ ਫਿਰ ਲੋਕਾਂ ਨੇ ਕਤਲ ਗੱਲ ਸ਼ੁਰੂ ਕਰ ਦਿੱਤੀ ਅਸੀਂ ਤਾਂ ਫਿਰ ਰਾਤ ਨੂੰ ਨਿਕਲੇ ਰਾਤ ਦੇ 12 ਵਜੇ ਨਿਕਲੇ ਸਾਂ ਤੁਹਾਡਾ ਪਿੰਡ ਵੀ ਹਮਲਾ ਹੋਇਆ ਹਾਂ ਅਸੀਂ ਸਾਡੇ ਪਿੰਡ 'ਚ ਹਮਲਾ ਹੋਣ ਨੂੰ ਤਿਆਰ ਹਾਂ ਚੌਂਕੀਦਾਰ ਜਿਹੜਾ ਹੈ ਨਾ ਉਹਨੂੰ ਦੱਸਿਆ ਹਨ ਕਿ ਤੁਹਾਡੇ ਪਿੰਡ ਦੇ ਉੱਤੇ ਹਮਲਾ ਹੋਣ ਨੂੰ ਤਿਆਰ ਹੈ ਅਸੀਂ ਫਿਰ ਰਾਤ ਦੇ 12 ਵਜੇ ਨਿਕਲੇ ਸਾਰਾ ਪਿੰਡ ਹੀ ਹੈਂ ਕਿੱਧਰੋਂ ਨਿਕਲੇ ਫਿਰ ਨਿਕਲੇ ਉਸ ਜਿਹੜਾ ਸੁਜਾਨਪੁਰ ਸ਼ਹਿਰ ਹੈ ਉਸ ਪਾਸੇ ਨਿਕਲੇ ਅਸੀਂ ਅੱਛਾ ਸੁਜਾਨਪੁਰ ਸ਼ਹਿਰ ਉੱਥੇ ਮੁਸਲਮਾਨੀ ਸਰੀਰ ਜ਼ਿਆਦਾ ਹੈ ਯਾਰ ਪਹਿਲੇ ਥੋੜ੍ਹਾ ਜਿਹਾ ਪਹਿਲੇ ਤਾਂ ਆਹਾਂ ਦੇ ਜਾਣ ਲੱਗੇ ਸੀ ਤਾਂ ਨੂੰ ਕਿੱਧਰ ਚੜ੍ਹਦੇ ਪਾਸੇ ਨੂੰ ਅੱਛਾ ਹਾਂਜੀ ਫਿਰ ਲੋਕਾਂ ਨੇ ਕਿਹਾ ਕਿ ਤੁਹਾਡਾ ਕੀ ਦਿਮਾਗ ਖਰਾਬ ਹੈ ਤੁਸੀਂ ਥੱਲੇ ਨੂੰ ਜਾਓ ਹਾਂਜੀ ਕਿ ਇੱਧਰ ਨੂੰ ਨਹੀਂ ਤੁਸੀਂ ਮਾਰਿਆ ਜਾਣਾ ਸੁਜਾਨਪੁਰ ਸ਼ਹਿਰ ਨੂੰ ਜਾਓ ਹਾਂ ਸੁਜਾਨਪੁਰ ਸ਼ਹਿਰ ਨੂੰ ਫਿਰ ਜਨਾਬ ਮੇਰੀ
नहीं नहीं रात नू फिर हाँ एक रात एक दिन कमांडा के बीच रह रहा कमांडा के बीच हाँ जी कमांडा के बीच फिर रात नू 12 बजे निकलिया तो 12 एक बजे नारा बारिश हो ए ए सोन पा दर दिन सन सही 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 हाँ जी अच्छा ते फिर तो अड़ाई डा पेंड थी जमालपुर आके पहुंच गए ਕੰਪਨੀ ਸਾਰਾ ਸਾਲ ਸ਼ਾਹ ਦੇ ਵਿੱਚ ਕੋਈ ਦੇਖਿਆ ਜੀ ਨਹੀਂ ਕੋਈ ਨਹੀਂ ਦੇਖਿਆ ਰਾਮ ਨਾਲ ਹੀ ਲੋਕ ਕੰਪਨੀ ਨਾਲ ਨਾਲ ਬਸ ਦੇ ਵਿੱਚ ਦਾਦੀ ਸਾਡੇ ਲੱਗ ਗਈ ਜਿੱਥੇ ਉਹ ਉੱਥੇ ਰਹਿ ਗਈ ਰਹਿ ਗਈ ਰਹਿ ਗਈ ਹੁਣ ਆਉਣੀ ਹੋਣੀ ਉਹ ਤੇ ਬਾਕੀ ਇਹ ਹੈ ਤੇ ਉਹ ਮੈਂ ਕਾਫਲੇ ਦੇ ਨਾਲ ਜਾਣਾ ਸੀ ਨਾ ਕਾਫਲਾ ਜਦੋਂ ਜਾਣਾ ਉਦੋਂ ਨਹੀਂ ਆਉਣਾ ਹੈ ਤੇ ਇੱਕ ਬੰਦਾ ਤੇ ਨਹੀਂ ਨਾ ਗਏ ਹਜ਼ਾਰਾਂ ਲੱਖਾਂ ਹੀ ਤੋਂ ਇੰਤਜ਼ਾਰ ਸੀ ਲੱਖਾਂ ਹੀ ਇੰਤਜ਼ਾਰ ਸੀ ਤੇ ਫਿਰ ਅੱਛਾ ਮੈਨੂੰ ਦੱਸੋ ਜਦੋਂ ਉੱਥੇ ਤੁਸੀਂ ਰਹਿੰਦੇ ਸੀ ਤੁਹਾਡੇ ਬਜ਼ੁਰਗ ਵੀ ਰਹਿੰਦੇ ਸੀ ਤੁਸੀਂ ਵੀ ਰਹਿੰਦੇ ਤੁਸੀਂ ਤੇ ਬੱਚੇ ਤੋਂ ਹਾਂ ਉਦੋਂ ਉੱਥੇ ਜਦੋਂ ਈਦ ਸ਼ਬਰਾਜ ਜਾਂ ਕਬਰਾਨ ਕੁਰਬਾਨੀ ਹੁੰਦੀ ਸੀ ਹਾਂ ਗਾਂ ਗੂੰ ਕਰਨ ਦੇ ਦਿੰਦੇ ਸੀ ਨਹੀਂ ਕੁਰਬਾਨੀ ਹੁੰਦੀ ਗਾਂ ਸਾਡੇ ਸਾਰਾ ਮੁਸਲਮਾਨਾਂ ਵਾਸਤੇ ਗਾਵਾਂ ਨਹੀਂ ਕਰਦੇ ਉਹਦੇ ਵੱਖਰੇ ਛੱਤਰੇ ਕਰਦੇ ਸਨ ਪਿੰਡ ਸਾਡੇ ਕਿਉਂ ਮੁਸਲਮਾਨਾਂ ਪਿੰਡ ਸਾਡਾ ਆਪਣਾ ਵੱਖਰਾ ਨਹੀਂ ਪਾਬੰਦੀ ਹੈ ਸੀ ਨਹੀਂ ਨਹੀਂ ਕੋਈ ਪਾਬੰਦੀ ਨਹੀਂ ਸਾਡੇ ਪਿੰਡ ਦੀ ਕੋਈ ਪਾਬੰਦੀ ਨਹੀਂ ਕਿਸੇ ਕਿਸਮ ਦੀ ਅਜ਼ਾਨ ਦੇਵੋ ਜੋ ਮਰਜ਼ੀ ਕਰੋ ਸਾਡੇ ਪਿੰਡ ਕੋਈ ਪਾਬੰਦੀ ਨਹੀਂ ਸਾਡੇ ਪਿੰਡ ਵਿੱਚ ਕੋਈ ਪਾਬੰਦੀ ਨਹੀਂ ਮੁਸਲਮਾਨਾਂ ਦਾ ਸਾਰਾ ਹਨ ਉਹ ਬਾਹਰ ਵੀ ਕੋਈ ਨਹੀਂ ਪਾਬੰਦੀ ਕਿਉਂਕਿ ਅੰਗਰੇਜ਼ਾਂ ਦਾ ਮੁਲਕ ਹੈਗਾ ਸੀ ਜ਼ਮਾਨਾ ਅੰਗਰੇਜ਼ ਦਾ ਜ਼ਮਾਨਾ ਉੱਥੇ ਸਭ ਅਮਨ ਅਮਾਨ ਆ ਗਿਆ ਸੀ ਤੁਹਾਡੇ ਯਾਰ ਤੁਸੀਂ ਉੱਥੇ ਸਕੂਲ ਹੈ ਸੀ ਤੁਹਾਡੇ ਪਿੰਡ ਨਹੀਂ ਸਕੂਲ ਨਹੀਂ ਬੱਚਿਆਂ ਦਾ ਸਕੂਲ ਨਾਲ ਦੇ ਪਿੰਡਾਂ ਜਾਂਦੇ ਸੀ ਨਾਲ ਦੇ ਪਿੰਡਾਂ ਹਿੰਦੂਆਂ ਦੇ ਪਿੰਡ ਨਾਲ ਤਿੰਨ ਮੀਲ ਤੇ ਹੈਗਾ ਸਕੂਲ ਹਿੰਦੂਆਂ ਦੇ ਪਿੰਡ 'ਚ ਜਾ ਕੇ ਜ਼ਿਆਦਾ ਹਿੰਦੂ ਪੜ੍ਹਾਉਂਦੇ ਸਨ ਉੱਥੇ ਜਾਂਦੇ ਸੀ ਪੜ੍ਹਨ ਹਾਂ ਬੱਚੇ ਉੱਥੇ ਜਾਂਦੇ ਸਨ ਤਾਂ ਉੱਥੇ ਲੋਕ ਪੜ੍ਹਦੇ ਸਨ ਇਕੱਠੇ ਪੜ੍ਹਦੇ ਰਹੇ ਨੇ ਸਿੱਖਾਂ ਦੇ ਨਾਲ ਹਾਂ ਹਾਂ ਸਿੱਖਾਂ ਨਾਲ ਹਿੰਦੂਆਂ ਨਾਲ ਸਾਰੇ ਕੋਈ ਯਾਰ ਬੇਲੀ ਹੈ ਸੀ ਉਸ ਟਾਈਮ ਨਹੀਂ ਉਸ ਟਾਈਮ ਕੋਈ ਨਾ ਹੀ ਪੜ੍ਹੇ ਅਤੇ ਨਾ ਹੀ ਕੋਈ ਯਾਰ ਬੇਲੀ ਬਣਾਇਆ ਕੋਈ ਆਪਣੇ ਪਿੰਡ ਹੀ ਰਹੇ ਆਪਣੇ ਪਿੰਡ ਹੀ ਰਹੇ ਹਾਂ ਠੀਕ ਹੋ ਗਿਆ ਹੁਣ ਮੈਨੂੰ ਦੱਸੋ ਆਪਣੇ ਸਫ਼ਰ ਦੇ ਬਾਰੇ ਹਾਂ ਸਫ਼ਰ ਦੇ ਬਾਰੇ ਹਾਂ ਕਿ ਜਦੋਂ ਤੁਸੀਂ ਆਏ ਹੋ ਹਾਂ ਪੰਗੋਲੀ ਚ ਮਸਲਾ ਵੀ ਅਸੀਂ ਨਿਕਲ ਆਏ ਦੋ ਤਿੰਨ ਦਿਨ ਦਾ ਰੌਲਾ ਆ ਮੁੜ ਕੇ ਘਰਾਂ 'ਚ ਹੀ ਆ ਜਾਣਾ ਅਸੀਂ ਹਾਂ ਨਹੀਂ ਅਸੀਂ ਆਪ ਕਹਿੰਦੇ ਸਾਂ ਵੀ ਦੋ ਤਿੰਨ ਦਿਨ ਰੌਲਾ ਹੀ ਰੌਲਾ ਆ ਅਤੇ ਮੁੜ ਕੇ ਅਸੀਂ ਵਾਪਸ ਮੁੜ ਕੇ ਘਰ ਹੀ ਆ ਜਾਣਾ ਹਾਂਜੀ ਇੱਕ ਤਾਂ ਬੁੱਢੀਆਂ ਹੋਰ ਪਿੰਡ ਸਿਆਣੀ ਸਿਆਣੀਆਂ ਰਹਿ ਗਈਆਂ ਵੀ ਤੁਸੀਂ ਰਵੋ ਇੱਥੇ ਨਾ ਆਪ ਹੀ ਆਪਣੀ ਜਾਨ ਬਚਾ ਕੇ ਤੁਹਾਨੂੰ ਉਹ ਕਹਿੰਦੇ ਸੀ 4-5 ਦਿਨ ਦਾ ਰੌਲਾ ਹੈਗਾ ਮੈਂ ਰੋਟੀਆਂ ਪਕਾਵਾ ਕਰਾਂਗੀ ਤੁਸੀਂ ਇੱਕ ਜਣਾ ਆਣ ਕੇ ਲੈ ਜਾਇਆ ਕਰੋ ਹਾਂਜੀ ਅਤੇ ਉਹ ਰੋਟੀਆਂ ਉਹਨੂੰ ਪਕਾ ਦਿੰਦੇ ਚਾਚਾ ਸਾਡਾ ਜਾ ਕੇ ਰੋਟੀਆਂ ਲਿਆਉਂਦਾ ਰਿਹਾ ਦੋ ਦਿਨ ਹਾਂਜੀ ਜਿਸ ਦਿਨ ਨਿਕਲਿਆ ਤਾਂ ਉਸ ਦਿਨ ਦਿਮਾਗ ਦੇ ਪਾਸ ਕੋਈ ਇੰਨਾ ਨਹੀਂ ਕਹਿ ਦਿੰਦਾ ਨੱਠ ਕੇ ਲੈ ਅਤੇ ਇੰਨੇ ਦੂਰ ਵੀ ਨਹੀਂ ਹੈਗਾ ਸੀ ਇੰਨਾ ਪੁੱਲ ਨਹੀਂ ਹੈਗਾ ਹਾਂਜੀ ਪਿੱਛੇ ਹਾਂ ਅਤੇ ਇੰਨੇ ਦੂਰ ਨਾ ਹੈ ਕਿਸੇ ਆ ਜਾ ਕੇ ਲੈ ਆਓ ਨਹੀਂ ਜਾਂਦਾ ਕਿ ਬੜਾ ਜਾਨ ਆਪਣੀ ਬਚਾਈ ਬਸ ਕੀ ਉਦੋਂ ਹਮਲੇ ਹੋ ਗਏ ਸਨ ਹਾਂ ਹਮਲੇ ਬੜੇ ਸਨ ਅੱਗਾਂ ਲਾਤੀ ਸਨ ਲੋਕਾਂ ਨੇ ਅੱਗੇ ਹਿੰਦੂਆਂ ਨੇ ਅੱਗਾਂ ਲਾਤੀ ਸਨ ਜਿੱਥੇ ਜਾ ਉੱਥੇ ਮਾਰ ਦਾਦੀ ਤੁਹਾਨੂੰ ਅੱਜ ਵੀ ਯਾਦ ਆਉਂਦੀ ਹਾਂ ਬਿਲਕੁਲ ਆਉਂਦੀ ਆਉਂਦੀ ਦਾਦੀ ਤੁਹਾਡੀ ਯਾਦ ਆ ਕਿਉਂ ਸਾਡੀ ਵਾਲਦਾ ਆ 6 ਮਹੀਨਾ ਰਹਿ ਗਿਆ ਸਾਡੀ ਵਾਲਦਾ ਮਰ ਗਈ 6 ਮਹੀਨਾ ਰਹਿ ਗਿਆ ਮੇਰਾ ਭਾਈ ਹੀ ਛੋਟਾ 6 ਮਹੀਨਾ ਰਹਿ ਗਿਆ ਸਾਡੀ ਵਾਲਦਾ ਫੌਤ ਹੋ ਗਈ ਉੱਥੇ ਫੌਤ ਹੋ ਗਈ ਹਾਂ ਦੱਸਾਂ ਹਾਂਜੀ ਅਤੇ ਸਾਡੇ ਪਿਓ ਨੂੰ ਕਹਿੰਦੇ ਨੇ ਵੀ ਤੂੰ ਕਰ ਲੈ ਕਰ ਦਾਖਲ ਕਰਨਾ ਮੈਂ ਨਹੀਂ ਕਰਨਾ ਅਸੀਂ ਧੀ ਵੀ ਦਿੱਤੀ ਅਲਾ ਪੁੱਤਰ ਵੀ ਦਿੱਤੇ ਨੇ ਤੁਹਾਡੇ ਨਾਨਕੇ ਕਿਹੜੇ ਪਿੰਡ ਸੀ ਇੱਥੇ ਨਾਨਕੇ ਉਹ ਯਾਦ ਹੈ ਕੋ ਨਹੀਂ ਉਹ ਨੇੜੇ ਪਿੰਡ ਸੀ ਆ ਨੇੜੇ ਨਾਨਕੇ ਘੋ ਘਰ ਸੀ ਘੋ ਪਿੰਡ ਦਾ ਘਰ ਉਹਦੇ ਪਿੰਡਾਂ ਨਾ ਇਸ ਰਹੇ ਨਾ ਅਨਪੜ੍ਹ ਲੋਕ ਸਨ ਜਿਸ ਤਰ੍ਹਾਂ ਆਇਆ ਉਸ ਨਾ ਤੁਹਾਡੇ ਘੋ ਘਰ ਲਵੋ ਸੀ ਹਾਂ
ਅੱਛਾ ਨਾਲ ਹੀ ਸੀ ਪਿੰਡ ਹਾਂ ਨਾਲ ਕੋ ਮੀਰ ਦੋ ਤੇ ਨਾ ਕੋਈ ਆ ਤੁਸੀਂ ਜਾਂਦੇ ਰਹਿੰਦੇ ਸੀ ਹਾਂ ਜਾਂਦੇ ਸਾਂ ਬਿਲਕੁਲ ਤੇ ਬਚਪਨ ਤੋਂ ਜਾਂਦੇ ਰਹੇ ਹਾਂ ਸਾਰੀ ਬੁੱਧੀ ਦਿੰਦੇ ਅੱਛਾ ਤੇ ਫਿਰ ਉਸ ਟਾਈਮ ਤੁਸੀਂ ਦਾਦੀ ਨੂੰ ਆਪਣੇ ਲਿਆ ਨਹੀਂ ਸਕੇ ਨਹੀਂ ਜੀ ਉਹ ਫਿਰ ਡਰਦੇ ਨਾ ਗਏ ਨਹੀਂ ਡਰਦੇ ਵੀ ਮਾਰੇ ਜਾਣਗੇ ਫਿਰ ਕੁਝ ਪਤਾ ਲੱਗਿਆ ਉਹਨਾਂ ਦਾ ਕਿ ਕੋਈ ਪਤਾ ਨਹੀਂ ਬਸ ਮਾਰ ਛੜੀ ਹੋਰ ਕੀ ਪਤਾ ਹਾਂ ਮਰ ਗਈ ਦਾ ਉਹਨੇ ਮਾਰ ਦਾ ਕਿਹੜਾ ਉਹਨਾਂ ਰੱਖਣਾ ਸੀ ਕੋਈ ਹੋਰ ਵੀ ਹੋਰ ਤਾਂ ਐਸਾ ਉਸ ਪਿੰਡ ਦੇ ਵਿੱਚ ਆ ਦੋ ਹੋਰ ਸਨ ਗੁਜਰਾਂ ਦੀ ਨਾ ਦੋ ਇੱਕ ਸੀ ਜਾਂ ਦੋ ਸੀ ਸਾਨੂੰ ਨਹੀਂ ਪਤਾ ਹੈ ਬਾਹਰ ਵਾਲੇ ਕਿ ਇੱਕ ਬੁੱਢੀ ਉਹਨਾਂ ਦੇ ਨਾਲ ਹੋਰ ਆਈ ਸੀ ਇਹਨਾਂ ਸੁਣਿਆ ਕਹਿੰਦਾ ਕਿ ਸ਼ੇਰ ਧੋਵੋ ਬਾਈ ਹਾਂਜੀ ਉਹ ਸਿਰ ਧੋਣਾ ਵੀ ਉਹਨਾਂ ਨੇ ਮਾਰਿਆ ਮਾਰ ਇਹਨਾਂ ਸੁਣਿਆ ਹਾਂ ਸਾਡਾ ਸ਼ਰੀਕੇ ਵਿੱਚ ਉਹ ਭਰਾ ਰਹਿ ਗਿਆ ਉੱਧਰ ਹਜ ਵੀ ਹੈਗਾ ਰਹਿ ਗਿਆ ਉੱਧਰ ਹਾਂ ਕਿ ਹਜਾ ਵੀ ਹੈਗਾ ਉਸੇ ਪਿੰਡ ਦੇ ਵਿੱਚ ਨਹੀਂ ਨਹੀਂ ਉਹ ਭਾਂਡਿਆਂ ਦਾ ਸ਼ਹਿਰ ਪਠਾਨਕੋਟ ਪਠਾਨਕੋਟ ਭਾਂਡਿਆਂ ਦੇ ਸ਼ਹਿਰ 'ਚ ਭਾਂਡਿਆਂ ਨੇ ਭਾਂਡਿਆਂ ਦਾ ਸ਼ਹਿਰ ਠੀਕ ਹੈ ਆਇਆ ਦੋ ਤਿੰਨ ਦਫ਼ਾ ਇੱਥੇ ਲਾਹੌਰ ਆਇਆ ਹਾਂ ਲਾਹੌਰ ਦੀ ਰਿਸ਼ਤੇਦਾਰੀ ਹੋਈ ਨਾ ਪਰਮਿਟ 'ਤੇ ਆਉਂਦਾ ਆ ਤੁਹਾਡੇ ਤੇ ਦਾਦੀ ਦੇ ਕੱਲਾਂ ਨੂੰ ਜਨਰਲ ਜਗ੍ਹਾ ਦਵੇ ਉੱਥੇ ਸ਼ਹੀਦ ਕਰ ਦਿੱਤਾ ਅਤੇ ਜਦੋਂ ਤੁਸੀਂ ਰਸਤੇ 'ਚੋਂ ਆਏ ਹੋ ਆਪ ਬੀਤੀ ਮੈਨੂੰ ਦੱਸੋ ਕਿ ਕੀ ਵੇਖਿਆ ਤੁਸੀਂ ਦੁਨੀਆਂ ਦੇ ਵਿੱਚ ਜਿਹੜਾ ਉੱਥੇ ਜ਼ੁਲਮ ਹੋਇਆ ਉਸ ਵੇਲੇ 47 ਵੇਲੇ ਦੱਸਦੇ ਪਏ ਉਹ ਬਾਰਿਸ਼ਾਂ ਬੜੀਆਂ ਹੋਈਆਂ ਕੀ ਵੇਖਿਆ ਬਾਰਿਸ਼ਾਂ ਜਿਹੜੀ ਵੀ ਅਸੀਂ ਇੱਕ ਮਹੀਨਾ ਰਹੇ ਕੈਂਪ 'ਚ ਕੈਂਪ ਦੇ ਵਿੱਚ ਹਾਂ ਜਮਾਲਪੁਰ ਜਮਾਲਪੁਰ ਇੱਕ ਕੈ ਮਹੀਨਾ ਰਹੇ ਹਾਂ ਸਾਡੇ ਕੋਲ ਦਰਿਆਓ ਪਾਰ ਸੀ ਕਿਹੜਾ ਦਰਿਆ ਲੱਗਦਾ ਸੀ ਇਹ ਦਰਿਆ ਦਾ ਵੀ ਹੈ ਕਿ ਤੁਸੀਂ ਮੇਰਾ ਖਿਆਲ ਹੈ ਸਹੀ ਸਹੀ ਮਾਧੋਪੁਰੋਂ ਨਿਕਲਦਾ ਸੀ ਦਰਿਆ ਹਾਂਜੀ ਉਹ ਦਰਿਆਓ ਪਾਰ ਉਹ ਫਿਰ ਪਹਿਲੇ ਇੱਕ ਘੰਟਾ ਉਹਨਾਂ ਨੇ ਖਿਜਾਰਿਆ ਬਾਬੂ ਆਜਤ ਦਾ ਅਤੇ ਆਜਤਰੀ ਦਾ ਬਾਗ ਹੈਗਾ ਸੀ ਉਹਦੇ ਵਿੱਚ ਸਾਰੀ ਦੁਨੀਆ ਨੂੰ ਇੱਕ ਘੰਟੇ ਦੇ ਵਿੱਚ ਉੱਥੇ ਮਿਰਚਾਂ ਲੱਗੀਆਂ ਸਨ ਕੱਦੂ ਕੱਦੂ ਦਾ ਜ਼ਮਾਨਾ ਨਾ ਕੱਦੂ ਲੱਗੇ ਸਨ ਹਰੀਆਂ ਮਿਰਚਾਂ ਲੱਗੀਆਂ ਸਨ ਇੱਥੋਂ ਕਿਉਂਕਿ ਮਰਬੂਦਾ ਦਾ ਬਾਗ ਵੀ ਆ ਗਿਆ ਸੀ ਪੱਤੇ ਵੀ ਲੋਕ ਖਾ ਗਏ ਪੱਤੇ ਵੀ ਲੋਕ ਖਾ ਗਏ ਕੱਦੂ ਵੀ ਕੱਚੇ ਜੇ ਜੋ ਮਿਰਚਾਂ ਮੁਰਚਾਂ ਜੋ ਰੜਾ ਮਦਾ ਇੱਕ ਘੰਟੇ ਦੇ ਵਿੱਚ ਬਾਗ ਜਿਹੜਾ ਹੈਗਾ ਸੀ ਰੜਾ ਮੈਦਾਨ ਇੱਕ ਘੰਟੇ ਤੋਂ ਬਾਅਦ ਫਿਰ ਕਹਿੰਦਾ ਕਿ ਇੱਥੇ ਨਹੀਂ ਦਰਿਆਓਂ ਪਾਰ ਲੱਗਣਾ ਤੁਹਾਡਾ ਟਾਈਮ ਉਹਨਾਂ ਨੇ ਕਿਹਾ ਅਤੇ ਫਿਰ ਮਹੀਨਾ ਉੱਥੇ ਰਹਿਸ਼ ਹੋਈ ਸਾਡੀ ਫਿਰ ਉੱਥੇ ਤੁਹਾਨੂੰ ਕੈਂਪ ਦੇ ਵਿੱਚ ਕੀ ਕੀ ਦਿੰਦੇ ਰਹੇ ਖਾਣ ਨੂੰ ਉਹ ਚੋਪੀ ਭਾਜੀ ਉਹ ਦੇਣਾ ਕੀ ਹੈ ਕਿ ਚੌਲ ਮਿਲਦੇ ਰਹੇ ਸੇਲੇ ਦੇ ਸੇਲੇ ਚੌਲ ਮਿਲਦੇ ਰਹੇ ਨੇ ਸਾਰਾ ਸਵੇਰ ਤੋਂ ਲੈ ਕੇ ਸ਼ਾਮਾਂ ਸੀ ਜਨਾਨੀਆਂ ਧੋਂਦੇ ਰਹਿਣਾ ਉਹਨਾਂ ਨੇ ਸਾਰਾ ਸਵੇਰ ਤੋਂ ਦੇਖੋ ਮੇਰੀ ਗੱਲ ਸੁਣੋ ਹਾਂ ਜਿਸ ਵੇਲੇ ਪੱਕ ਜਾਣੇ ਨਾ ਚੌਲ ਬੜੇ ਸ਼ਾਨਦਾਰ ਲੱਗਣੇ ਜਿਸ ਵੇਲੇ ਖਾਣ ਲੱਗਣਾ ਨਾ ਤਾਂ ਗੰਦ ਖਾਣੇ ਪੈਣਾ ਗੰਦੀ ਗੰਦਗੀ ਚੌਲ ਐਡੇ ਜੰਮੇ ਸਵੇਰ ਤੋਂ ਲੱਗ ਰਹੇ ਧੋਣ ਲੱਗਣਾ ਜਨਾਨੀਆਂ ਨੇ ਧੋ ਧੋ ਕੇ ਸਾਰਾ ਧੋਂਦੇ ਰਹਿਣਾ ਜਿਹੜੇ ਪਕਾ ਕੇ ਅੱਗੇ ਰੱਖਣੇ ਤੇ ਆਖਣਾ ਵੀ ਨੀਰਾ ਗਾਂਧੀ ਹੈ ਬੜਾ ਜ਼ੁਲਮ ਹੋਇਆ ਬੜਾ ਬਹੁਤ ਜ਼ੁਲਮ ਹੋਇਆ ਬਹੁਤ ਜ਼ੁਲਮ ਹੈ ਦੱਸੇ ਨਾ ਬਖਸ ਅੱਲਾਹ ਤਾਲਾ ਲੋਕਾਂ ਨੇ ਸਾਡੇ ਵਰਗੀਆਂ ਮੁੰਡਿਆਂ ਨੂੰ ਕੁੰਡਿਆਂ ਨੂੰ ਕੋਈ ਪਤਾ ਕੋਈ ਪਤਾ ਨਹੀਂ ਬਿਲਕੁਲ ਜਿਹਨਾਂ ਹਾਲਾਤ ਦੇਖੇ ਨਾ ਪਤਾ ਉਹਨਾਂ ਲੋਕਾਂ ਨੂੰ ਲੋਕਾਂ ਨੇ ਬੱਚੇ ਸੁੱਟ ਦਿੱਤੇ ਜਿਉਂਦੇ ਖੂਹਾਂ 'ਚ ਯਾਰ ਪਾਤੇ ਨੇ ਖੂਹਾਂ 'ਚ ਯਾਰ ਪਾਤੇ ਖੂਹਾਂ 'ਚ ਵੀ ਦੁਨੀਆ ਪੀਵੇ ਤਾਂ ਮਰ ਜਾਵੇ ਇੱਥੇ ਹਾਂ ਖੂਹਾਂ 'ਚ ਯਾਰ ਪਾਤੇ ਹਿੰਦੂਆਂ ਹੀ ਪਾਉਣੇ ਸਨ ਜ਼ੁਲਮ ਜ਼ਿਆਦਾ ਹੋਇਆ ਹਿੰਦੁਸਤਾਨ ਕਿਉਂ ਇਲਾਕਾ ਹਿੰਦੂਆਂ ਦਾ ਜ਼ਿਆਦਾ ਉਹ ਸ਼ਰੀਅਤ ਜਿਹੜੀ ਸੀ ਨਾ ਹਿੰਦੂਆਂ ਹੀ ਜ਼ਿਆਦਾ ਸੀ ਇੱਥੇ ਜਿਹੜੇ ਬਾਅਦ ਵਿੱਚ ਸਾਡੇ ਬਾਅਦ ਵਿੱਚ ਆ ਗਏ ਨਾ ਗੱਡੀ ਹਾਂਜੀ ਉਹ ਗੱਡੀ ਪੂਰੀ ਖਤਰੇ ਨਾਲ ਵੱਡੀ ਗਈ ਸੀ ਸਾਡੀ ਤੁਸੀਂ ਜਦੋਂ ਆ ਗਏ ਹਾਂ ਆ ਗਏ ਨਾ ਟਰੱਕ ਗਏ ਸਨ ਨਾ ਇੱਥੋਂ ਲਾਹੌਰੋਂ ਅਤੇ 10-12 ਟਰੱਕ ਗਏ ਸਨ ਤੁਸੀਂ ਟਰੱਕਾਂ 'ਚ ਆ ਗਏ ਸਨ ਤੁਹਾਡਾ ਸਹੀ ਸਲਾਮਤ ਸਾਡਾ ਸਹੀ ਸਲਾਮ ਤੁਸੀਂ ਲਾਹੌਰ ਜਾ ਸਹੀ ਸਲਾਮ 4 ਟੋਟਲ ਸਨ ਹਾਂਜੀ ਚਲੋ ਹੋਰ ਵੀ ਮੁਲਕ ਸਾਰਾ ਆ ਹੀ ਗਿਆ ਨਾ ਬਾਕੀ ਜਿਹੜੇ ਆਂਢੀ ਗੁਆਂਢੀ ਸਨ ਉਹ ਆ ਤੇ ਬਾਅਦ ਤੋਂ ਜਿਹੜੀ ਗੱਡੀ ਆਈ ਹੈ ਤੁਸੀਂ ਦੱਸ ਰਹੇ ਹੋ ਉਹ ਸੁਣਿਆ ਸੀ ਵੱਡੀ ਗਈ ਉਹ ਸੁਣਿਆ ਸਾਰੀ ਵੱਡੀ ਗਈ ਤੁਸੀਂ ਤਾਂ ਆਉਂਦੇ ਲਾਸ਼ਾਂ ਲੁਸ਼ਾਂ ਵੇਖੀਆਂ ਨਹੀਂ ਅਸੀਂ ਇਹ ਦਿਨ ਲਾਸ਼ਾਂ ਦੇਖੀ ਜਿਹੜੀ ਗੱਲ ਦੇਖੀ ਨਹੀਂ ਉਹ ਝੂਠ ਨਹੀਂ ਮਾਰਨਾ ਉਹਨੇ ਜਾ ਕੇ ਦੇਖਿਆ
ਸੁਣੀ ਆ ਰਿਹਾ ਹੈਗੀ ਮੇਰੀ ਗੱਡੀ ਸਾਰੀ ਵੱਡੀ ਜਦੋਂ ਤੁਸੀਂ ਇੱਧਰ ਪਾਕਿਸਤਾਨ ਆ ਗਏ ਹਾਂ ਕਿਹੜੇ ਪਿੰਡ ਆ ਕੇ ਬੈਠੇ ਇੱਥੇ ਮਿਰਜ਼ਾ ਜੀ ਹਾਂ ਮਿਰਜ਼ਾ ਜੀ ਸਾਡਾ ਚਾਚਾ ਪਹਿਲੇ ਵੀ ਆਉਂਦਾ ਰਿਹਾ ਸਿੱਖਾਂ ਦੇ ਹਾਂ ਸਿੱਖਾਂ ਦੇ ਹੁੰਦੇ ਉਹਦੀ ਬਾਤ ਵੀ ਹੈਗੀ ਸੀ ਇੱਥੇ ਉਹਦਾ ਇੱਕ ਯਾਦ ਜਿਹਾ ਬਣਿਆ ਸੀ ਅਤੇ ਉਹਦੀ ਵਜ੍ਹਾ ਨਾਲ ਫਿਰ ਇੱਥੇ ਆ ਗਏ ਮੁਸਲਮਾਨ ਨੇ ਮੁਸਲਮਾਨ ਨੂੰ ਵੱਢ ਦਿੱਤਾ ਕਿਉਂਕਿ ਉਹ ਜਿਹੜਾ ਤਗੜਾ ਹੈਗਾ ਸੀ ਇਹਨੇ ਮੈਨੂੰ ਹੁਣ ਥੋੜ੍ਹਾ ਜਿਹਾ ਇਸ ਪਿੰਡ ਦੇ ਬਾਰੇ ਦੱਸੋ ਜਿਹੜੇ ਮੈਂ ਦੇਖੇ ਨਾ ਇੱਕ ਤੇ ਨਿਹਾਲੂ ਸਿੱਖ ਰਹਿ ਗਿਆ ਇੱਥੇ ਨਿਹਾਲੂ ਸਿੱਖ ਹੈ ਇੱਕ ਰਹਿ ਗਿਆ ਜੱਗੂ ਤਰਖਾਣ ਦੋ ਇੱਕ ਬਾਬਾ ਰਹਿ ਗਿਆ ਇੱਥੇ ਆ ਪਿੰਡ ਦੇ ਪਰਲੇ ਪਾਸੇ ਮਕਾਨ ਆ ਉੱਥੇ ਬਾਬਾ ਹੁੰਦਾ ਤਿੰਨ ਦੇਖੇ ਨਾ ਅਸੀਂ ਹਾਂ ਨਹੀਂ ਉਹ ਮਾਰ ਛੇੜੇ ਸਨ ਫਿਰ ਇੱਕ ਤਾਂ ਆਈ ਆਪਣੀ ਮਰ ਗਿਆ ਅਤੇ ਇੱਕ ਨੂੰ ਨਿੱਕੀ ਨਾਲ ਚ ਇੱਥੇ ਨਾੜੇ ਰੋੜੇ ਹਨ ਨਿਹਾਲੂ ਨੂੰ ਉਹ ਮਰ ਗਿਆ ਆਪਣੀ ਆਈ ਨਾਲ ਹੀ ਹਾਂਜੀ ਇਹਨੂੰ ਕਿਸੇ ਬਾਵੇ ਨੂੰ ਕਿਸੇ ਨੇ ਮਾਰ ਛੱਡਿਆ ਵੀ ਇਹਦੇ ਹੋਰ ਖੈਰ ਕਿੰਨਾ ਕੁ ਮਾਲ ਹੈ ਇਹਦੇ ਕੋਲ ਸਿੱਖ ਜੀ ਆ ਉਹਨੇ ਆਖਿਆ ਵੀ ਹਿੰਦੂ ਇਹਦੇ ਕੋਲ ਮਾਲ ਛੱਡ ਗਏ ਹੋਣਗੇ ਉਹ ਲਾਲਚੀ ਚੱਲ ਕੇ ਉਹਨੂੰ ਵੀ ਮਾਰ ਛੱਡਿਆ ਕਿਸੇ ਨੇ ਜਿਹੜਾ ਤਰਖਾਣ ਆ ਉਹ ਆਪਣੀ ਆਈ ਨਾਲ ਉਹ ਵੀ ਮਰ ਗਿਆ ਇਹ ਤਿੰਨ ਦੇਖੇ ਸਨ ਅਸੀਂ ਇਸ ਪਿੰਡ ਦੇ ਵਿੱਚ ਗੁਰਦੁਆਰਾ ਹੈਗਾ ਸੀ ਹਾਂ ਦੋ ਗੁਰਦੁਆਰੇ ਨੇ ਸਿੱਖ ਬਹੁਤ ਵੱਡਾ ਗੁਰਦੁਆਰਾ ਹਾਂ ਇੱਕ ਤਾਂ ਹੁਣ ਰਹਿ ਹੀ ਗਏ ਗੁਰਦੁਆਰੇ ਰਹਿ ਹੀ ਨਹੀਂ ਗਏ ਹੁਣ ਦੋਵੇਂ ਖਤਮ ਹੋ ਗਏ ਹਾਂ ਬਸੋਂ ਹੋ ਗਏ ਉਦੋਂ ਕੀ ਦੱਸਦੇ ਨੇ ਇੱਥੇ ਮੁਸਲਮਾਨ ਵੀ ਰਹਿੰਦੇ ਸੀ ਇਸ ਪਿੰਡ ਦੇ ਵਿੱਚ ਮੁਸਲਮਾਨ ਜਿਹੜੇ ਸਨ ਨਾ ਸਿੱਖਾਂ ਦੇ ਸਰੀਰ ਦੀ ਜ਼ਿਆਦਾ ਸੀ ਅੱਛਾ ਸਰੀਰ ਦੀ ਜ਼ਿਆਦਾ ਸੀ ਸਿੱਖਾਂ ਦੀ ਕਿ ਉਹ ਮਾਲਕ ਸਨ ਅਤੇ ਮੁਸਲਮਾਨ ਦੋਨੋਂ ਪੈਲੀ ਤਿੰਨੇ ਦੋਵੇਂ ਪੈਲੀ ਸੀ ਮਾਲਕ ਸਨ ਜਿਹੜਾ ਇੱਥੋਂ ਦਾ ਵੱਡਾ ਸੀ ਮਿਰਜ਼ਾ ਜੱਟ ਹਾਂ ਜਿਹਦਾ ਜਿਹਦੇ ਨਾਂ ਦੇ ਪਿੰਡ ਕਹਿੰਦੇ ਬੱਸ ਮਿਰਜ਼ਾ ਪਿਆ ਉਹਦੇ ਨਾਲ ਸੁਣਿਆ ਜਿਹੜੇ ਡੇਰੇ ਪਏ ਨੇ ਉਹਦੀ ਲਾਲਾਂ ਦੇ ਨੇ ਇਹ ਜਿਹੜਾ ਮੁਸਤਾ ਅਤੇ ਆਏ ਨੀ ਕਿ ਦੋ ਵਾਰੀ ਜਦੋਂ ਨਨਕਾਣੇ ਮੇਲਾ ਲੱਗਦਾ ਨਾ ਨਨਕਾਣਾ ਸੁਣਿਆ ਹੀ ਹੋਣਾ ਤੁਸੀਂ ਉੱਥੇ ਮੇਲਾ ਜਿਹੜੇ ਆਉਂਦੇ ਨੇ ਤਾਂ ਫਿਰ ਇੱਥੇ ਆਉਂਦੇ ਨੇ ਬਸਿੰਦਿਆ ਕੋਲ ਹਾਂ ਉਹਨਾਂ ਕੋਲ ਮੁਲਾਕਾਤ ਕਰਦੇ ਦਿਹਾੜੀ ਰਹਿਣ ਦੋ ਰਹਿਣ ਬਾਬਾ ਰਕਬਾ ਦਾ ਉੱਥੇ ਲੰਬੜਦਾਰ ਜਿਉਂ ਲੰਬੜਦਾਰ ਹੈ ਜਿਉਂ ਉਹ ਗੁਜਰ ਹਜ਼ਾਰ ਦਾ ਹੋਰ ਕੋਈ ਗੱਲਬਾਤ ਯਾਦ ਹੈ ਉਸ ਪਿੰਡ ਦੀ ਨਹੀਂ ਜੀ ਹੁਣ ਕੋਈ ਨਹੀਂ ਤੁਹਾਨੂੰ ਫਿਰ ਇੱਥੇ ਆ ਕੇ ਉਹ ਜ਼ਮੀਨ ਮਿਲੀ ਜਿਹੜੀ ਉੱਥੇ ਕੱਚੀ ਲਾਟ ਮਿਲੀ ਫਿਰ ਕੱਚੀ ਲਾਟਾਂ ਮਿਲੀਆਂ ਫਿਰ ਨਹੀਂ ਕੋਈ ਨਹੀਂ ਮਿਲੀ ਯਾਦ ਨਹੀਂ ਮਿਲੀ ਕਿੱਲਾ ਜੂਨ ਮਿਲਿਆ ਚਾਰ ਪੰਜ ਸਾਲ ਦੇ ਬਾਅਦ ਲੈਣੀ ਮੁੜ ਕੇ ਪੜ ਕੇ ਆਪਣੇ ਆਹ ਕਲੇਮ ਜਿਹੜੇ ਦਿੱਤੇ ਸੀ ਨਾਲ ਘਲੋਟੀਆਂ ਹੈਗੀਆਂ ਤਾਂ ਉਹ ਡਸਕੇ ਤੋਂ ਪਹਿਲਾਂ ਪੂਰਾ ਅਤੇ ਉੱਥੋਂ ਨੇ ਦਿੱਤੇ ਉਹ ਨਹੀਂ ਆਹ ਸਾਡੇ ਕੋਲ ਰਸੀਦਾਂ ਰਸੂਦਾਂ ਵੀ ਹੈਗੀਆਂ ਇੱਥੇ ਹੜ ਆਇਆ ਅਗੇ ਉਹਦੇ ਵਿੱਚ ਰੋਡ ਰੋਡ ਲੱਗੀ ਆ ਕੋਈ ਪਤਾ ਨਹੀਂ ਸਾਨੂੰ ਸਬੂਤ ਹੀ ਨਹੀਂ ਹੈਗੀ ਹਜੇ ਨਾ ਇੰਨੇ ਜੋਗੇ ਆਹ ਹੈਗੇ ਸੀ ਹਜੇ ਵਸਾਇਲ ਨਹੀਂ ਸੀ ਹੈਗੇ ਉਦੋਂ ਅਗਲੇ ਜਾ ਕੇ ਪਤਾ ਕਰ ਲਈਏ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਮੇਰੀ ਜਾਣ ਅੱਗੇ ਜਨਾਬ ਜਿਸ ਤਰ੍ਹਾਂ ਕੋਲਾ ਹੈ ਇਸ ਤਰ੍ਹਾਂ ਡੇਰਾ ਹੈਗਾ ਸੀ ਤਾਂ ਮੁਸਲਮਾਨ ਨਹੀਂ ਹੈਗਾ ਸੀ ਉਹਨਾਂ ਨੇ ਅੱਗ ਲਾਈ ਸਾਹਮਣੇ ਦੇਖਦੇ ਪਏ ਬੰਦੇ
ਫਿਰ ਬੰਦੇ ਨੇ ਜਨਾਬ ਮੈਨੂੰ ਉੱਥੋਂ ਦੀ ਬੜਾ ਖਾਧਾ ਕੰਡੇ ਵਾਲੀ ਬਾੜ ਭੰਨੀ ਉਹਦੇ ਉੱਤੋਂ ਕੰਡੇ ਬੱਜਣ ਜੋ ਮਰਜ਼ੀ ਕਰਨ ਫਿਰ ਉੱਥੋਂ ਵਾਲੀ ਬੜਾ ਸੰਜਾਨ ਭਰਿਆ ਸਾਡਾ ਪਿੰਡ ਸਾਰੇ ਮਰ ਜਾਣਾ ਸਾਰੇ ਵੱਢੇ ਜਾਣਾ ਕਿਉਂਕਿ ਆਪਣਾ ਹੀ ਖਲੋਤਾ ਅੱਗੇ ਖਲੋਤਾ ਇਸ ਤਰ੍ਹਾਂ ਦੀਆਂ ਕਹਾਣੀਆਂ ਪਤਰੀ ਹੈ ਬੜੀ ਮਿਹਰਬਾਨੀ ਮਿਹਰਬਾਨੀ।